ਬਾਰੇ ਮੈਂ ਸੋਚਦਾ ਰਹਿਣਾ ਵੀ ਇਹ ਕੀ ਗੱਲ ਹੋਈ, ਉਹ ਕੀ ਗੱਲ ਹੈ ਧਿਆਨ ਦੇਣਾ। ਅਸੀਂ ਬਣੇ ਤੇਰੇ ਦਰ ਤੇ ਸਵਾਲੀ ਹੀ ਰਹੇ, ਪਰ ਨਹੀਂ ਹੈ ਅੱਤੇ ਨਾਣੇ ਵਾਂਗੂ ਖਾਲੀ ਹੀ ਰਹੇ। ਜਦੋਂ ਮੈਂ ਉਡਾੜਾ ਸਿੱਖਿਆ ਸੀ ਉਦੋਂ ਵੀ ਨਹੀਂ ਆ ਖਾਲੀ, ਨਾਣਾ ਖਾਲੀ ਆ, ਜਿੱਥੇ ਵੀ ਖਾਲੀ ਤੁਰੇ ਆਉਂਦੇ ਭਰੇ ਨੀ ਗੇ ਵਿਚਾਰੇ, ਕਿਸੇ ਗੁਰੂਆਂ ਪੀਰਾਂ ਦਾ ਸਰਾਪ ਲੱਗਿਆ ਦੋ ਤਿੰਨ ਅੱਖਰਾਂ। ਤੇ ਜਦੋਂ ਏ ਬੀ ਸੀ ਸਿੱਖਿਆ ਉਦੋਂ ਪੰਜ ਕੁ ਬਬਲ ਅੱਖਰ ਹੁੰਦੇ ਆ, ਮੂਹਰੇ ਲਾ ਕੇ ਸ਼ਬਦ ਪੂਰਾ ਕਰਦੇ ਆ। ਉਹਨਾਂ ਨੂੰ ਜੇ ਨਾ ਅੱਗੇ ਲਾਈਏ ਸ਼ਬਦ ਪੂਰੇ ਨੀ ਹੁੰਦਾ, ਉਹ ਜਦੋਂ ਸ਼ਬਦ ਪੂਰਾ ਹੋ ਜਾਂਦਾ ਵਿਚਾਰਿਆਂ ਦਾ ਨਾ ਹੀ ਬੋਲੋਂ ਹਟ ਜਾਂਦਾ ਸਾਈ ਲਾਈਨ ਚ ਆਵਾਜ਼, ਉਹ ਵੀ ਮੈਨੂੰ ਦੋਸਤਾਂ ਵਰਗੇ ਲੱਗਦੇ ਹੁੰਦੇ ਆ। ਅਸੀਂ ਬਣੇ ਤੇਰੇ ਦਰ ਤੇ ਸਵਾਲੀ ਹੀ ਰਹੇ, ਪਰ ਨਹੀਂ ਹੈ ਅੱਤੇ ਨਾਣੇ ਵਾਂਗੂ ਖਾਲੀ ਹੀ ਰਹੇ। ਕਣ ਕਣ ਹੋ ਕੇ ਕਿਰੇ ਸਾਨੂੰ ਹੱਥਾਂ ਵਿੱਚ ਬੋਚਲੇ, ਪਰ ਤੇਰੇ ਕੋਲੇ ਵੇਲ ਕਿੱਥੇ ਸਾਡੇ ਬਾਰੇ ਸੋਚ, ਪਰ ਤੇਰੇ ਕੋਲੇ ਟਾਈਮ ਕਿੱਥੇ ਸਾਡੇ ਬਾਰੇ ਸੋਚ। ਜਿਹੜੇ ਤੇਰੇ ਖਾਸ ਉਂਗਲਾਂ ਤੇ ਗਿਣ ਲੈਂਦਾ ਏ, ਤੂੰ ਨੀ ਸਾਡੀ ਗਿਣਤੀ ਚ ਸਾਡੇ ਬਾਰੇ ਪੈਂਦਾ ਏ। ਭੁੱਲ ਕੇ ਜੇ ਨਾਮ ਸਾਡਾ ਹੋਠਾਂ ਉੱਤੇ ਹੋਠ ਨੇ, ਉਹਦਾ ਤਾਂ ਤੇਰੇ ਕੋਲੇ ਵੇਲ ਕਿੱਥੇ ਸਾਡੇ ਬਾਰੇ ਸੋਚ ਲੈ। ਸੋਹਣੀ ਜਿਹੀ ਗੱਡੀ ਹੋਵੇ, ਉਦੋਂ ਪਹਿਲਾਂ ਇੱਕ ਗੱਲ ਸਿਮਰਨਪ੍ਰੀਤ ਲਈ, ਇਹਨਾਂ ਨੇ ਮੇਰਾ ਸਾਥ ਦੇਣਾ। ਕਹਿੰਦੇ ਸਾਥੀ ਦੀ ਸਿਫਤ ਕਰਦੇ ਰਹਿਣਾ ਚਾਹੀਦਾ, ਇਹਦੇ ਨਾਲ ਸੰਬੰਧ ਮਜ਼ਬੂਤ ਬਣੇ ਰਹਿੰਦੇ ਆ। ਤੇ ਜੇ ਕੋਈ ਨੁਕਸ ਹੋਵੇ ਉਹ ਵੀ ਇਕੱਲੇ ਦੇ ਕੰਨ 'ਚ ਹੀ ਦੱਸਣਾ ਚਾਹੀਦਾ, ਤੀਜੇ ਬੰਦੇ ਨੂੰ ਨਹੀਂ ਦੱਸਣਾ, ਪਤਾ ਲੱਗਣਾ ਚਾਹੀਦਾ ਇਹਨਾਂ ਬਾਰੇ। ਜਿਹਨਾਂ ਕੁੜੀਆਂ ਦੇ ਸੋਹਣੇ ਸੋਹਣੇ ਵਾਲ ਹੁੰਦੇ ਨੇ, ਉਹਨਾਂ ਵਸ ਵਿੱਚ ਕੀਤੇ ਹੋਏ ਵਾਲ ਇਹ ਆਸ਼ਕਾਂ ਨਮਾਣਿਆਂ ਦਾ ਖੂਨ ਪੀਂਦੀਆਂ, ਇਹ ਆਸ਼ਕਾਂ ਨਮਾਣਿਆਂ ਦਾ ਖੂਨ ਪੀਂਦੀਆਂ। ਇਹਦੀ ਨਿਸ਼ਾਨੀ ਨੋਟ ਕਰ ਲਿਓ, ਤਾਂਯੋ ਅੱਖ ਜ਼ਹਿਰੀਲੀ ਭੁੱਲ ਲਾਲ ਹੁੰਦੇ, ਤਾਂਯੋ ਅੱਖ ਜ਼ਹਿਰੀਲੀ ਭੁੱਲ ਲਾਲ ਹੁੰਦੇ। ਖੁੱਲੇ ਛੱਡੇ ਹੋਣ ਤਾਂ ਬੜਾ ਹੀ ਜੱਚਦੇ, ਗੁੱਤ ਕਰੀ ਹੋਵੇ ਨਾਗ ਵਾਂਗੂ ਡਸਦੇ, ਵਿੱਚ ਪਾਇਆ ਜੇ ਪਰਾਂਦਾ ਹੋਵੇ ਲਾਲ ਨਾ ਚੁੰਨੀ ਤੋਂ ਸੰਭਾਲ ਹੁੰਦੇ ਐ। ਜਿਨ੍ਹਾਂ ਕੁੜੀਆਂ ਦੇ ਸੋਹਣੇ ਸੋਹਣੇ ਵਾਲ, ਉਹ ਹੁਸਨ ਕਮਾਲ ਹੁੰਦੇ ਐ। ਸੋਹਣੀ ਜਿਹੀ ਗੱਡੀ ਹੋਵੇ, ਨੱਬੇ ਉੱਤੇ ਛੱਡੀ ਹੋਵੇ, ਸਾਰੇ ਉਡਦੀ ਨਾ ਮਿੱਟੀ ਜਿੱਥੇ ਧੂੜ ਨਹੀਂ ਗੋਰੀਏ।
शिमले तो बाद जाने कुल्लू जा मनाली ਭਾਈ ਜੀ ਬਹੁਤ ਸਨਮਾਨ ਵੀ ਕਰਕੇ ਗਏ ਹੈ ਤੇ ਇੱਕ ਸਪੈਸ਼ਲੀ ਫਰਮਾਇਸ਼ ਕਈ ਗੀਤ ਮੈਂ ਆਪਦੇ ਲਈ ਗਾਏ ਸੀ ਉਹ ਤੁਹਾਨੂੰ ਵਧੀਆ ਲੱਗਦੇ ਹੈ ਅੱਧੀ ਰਾਤ ਕੋਈ ਰੋਈ ਜਾਵੇ ਇਹ ਅੱਜ ਤੋਂ 18-19 ਸਾਲ ਪਹਿਲਾਂ ਗੀਤ ਮੈਂ ਰਿਕਾਰਡ ਕਰਵਾਇਆ ਸੀ ਇਹ ਤੋਂ ਭਾਵ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ 20-22 ਸਾਲਾਂ ਤੋਂ ਮੈਂ ਤੁਹਾਡੇ ਨਾਲ ਵਿਚਰ ਰਿਹਾ ਅਤੇ ਇੰਨੇ ਪੁਰਾਣੇ ਗੀਤ ਤੁਹਾਡੇ ਯਾਦ ਹੈ ਅੱਗੇ ਇੱਕ ਦੋ ਦਿਨਾਂ 'ਚ ਹੋਰ ਮੇਰਾ ਨਵਾਂ ਸਿੰਗਲ ਟਰੈਕ ਆ ਰਿਹਾ ਕਨੇਡਾ ਰਿਕਾਰਡਿੰਗ ਵੀ ਉਹਦੀ ਕਨੇਡਾ ਹੀ ਕਰੀ ਸੀ ਅਤੇ ਸ਼ੂਟਿੰਗ ਵੀ ਉੱਥੇ ਹੀ ਕਰੀ ਹੈ ਅਤੇ ਉਮੀਦ ਹੈ ਉਹ ਵੀ ਤੁਸੀਂ ਪਿਆਰ ਦਿਓਗੇ ਸਤਿਕਾਰ ਦਿਓਗੇ ਹੁਣ ਇੱਕ ਕਰਕੇ 2 ਮਹੀਨਿਆਂ ਬਾਅਦ ਕੋਈ ਨਾ ਕੋਈ ਆਪਾਂ ਡਿਊਟ ਸਿੰਗਲ ਤੁਹਾਡੀ ਕਚਹਿਰੀ 'ਚ ਹਾਜ਼ਰ ਕਰਿਆ ਕਰਾਂਗੇ ਅਗਲੀ ਗੱਲ ਅੱਧੀ ਰਾਤ ਕੋਈ ਰੋਈ ਜਾਵੇ ਅੱਧੀ ਰਾਤ ਦਾ ਟਾਈਮ ਹੈ ਕੁੜੀਆਂ ਅੱਗੇ ਇਕੱਠੀਆਂ ਹੋ ਕੇ ਸ਼ੋਅ ਪਾਉਂਦੀਆਂ ਉਹਨਾਂ ਨੂੰ ਚਰਖਾ ਕਰਦੀਆਂ ਨੂੰ ਅੱਧੀ ਰਾਤ ਦਾ ਟਾਈਮ ਹੋ ਗਿਆ ਅਤੇ ਕਿਸੇ ਇੱਕ ਕੁੜੀ ਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਉਹ ਦੂਜੀਆਂ ਕੁੜੀਆਂ ਨਾਲ ਗੱਲ ਕਰਦੀ ਹੈ ਵੀ ਆਪਣੇ ਪਿੰਡ 'ਚ ਰਾਤ ਨੂੰ ਕੌਣ ਰੋਈ ਜਾਂਦਾ ਅਤੇ ਕੁੜੀਆਂ ਆਪਦੇ ਆਪਦੇ ਆਈਡੀਏ ਲਾਉਂਦੀਆਂ ਧਿਆਨ ਆਪ ਪੰਜ ਕੇ ਆਵੋ ਅੱਧੀ ਰਾਤ ਕੋਈ ਰੋਈ ਜਾਵੇ ਕੌਣ ਪਤਾ
ਇਹ ਜੇ ਕਈ ਗੀਤ ਮੈਂ ਆਪਦੇ ਲਈ ਗਾਏ ਸੀ ਪਰ ਤੁਹਾਡੇ ਲੋਕ ਗੀਤਾਂ ਵਰਗੇ ਗੀਤ ਬਣ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਬਾਕੀ ਆਪਾਂ ਦੂਰਦਰਸ਼ਨ ਦੀ ਟੀਮ ਦਾ ਵੀ ਖਿਆਲ ਰੱਖਣਾ ਇੱਕ ਦੋ ਫਰਮਾਇਸ਼ਾਂ ਦੋਸਤਾਂ ਦੀਆਂ ਦੋ ਦਿਨ ਨਹੀਂ ਰੁਸ ਕੇ ਬੋਲੀ ਆਹ ਕੀ ਹਾਰ ਬਣਾ ਲਿਆ ਦੋ ਦਿਨ ਬਹੁਤ ਬਾਹਲੇ ਹੁੰਦੇ ਆ ਤਾਂ ਦੋ ਘੰਟਿਆਂ ਬਾਅਦ ਹੀ ਜਵਾਕਾਂ ਵਿੱਚ ਦੀ ਗੱਲਾਂ ਹੋਣ ਲੱਗ ਜਾਂਦੀਆਂ ਔਰਤ ਜੇ ਘੱਟ ਗੁੱਸੇ ਹੋਵੇ ਫਿਰ ਜਵਾਕਾਂ ਵਿੱਚ ਦੀ ਗੱਲ ਕਰਦੇ ਤੇਰੇ ਪਿਓ ਨੂੰ ਐਂ ਕਹਿੰਦੇ ਤੇਰੇ ਪਾਪੇ ਨੂੰ ਐਂ ਕਹਿੰਦੇ ਤੇ ਜੇ ਥੋੜਾ ਜਿਹਾ ਦਿਲ ਤੇ ਲਾ ਜੇ ਗੱਲ ਫਿਰ ਕੁੱਤੇ ਵੇਲੇ ਵਿੱਚ ਦੀ ਹੋ ਜਾਂਦੀ ਹੈ ਇੱਕ ਦੋ ਵਾਰੀ ਤਾਂ ਸਮਝਾਵੇ ਕਹਿੰਦੀ ਆ ਜਿਹੜਾ ਨਵਾਂ ਜਿਹਾ ਸੈੱਟ ਚੱਕੀ ਫਿਰਦਾ ਤੀਜੇ ਦਿਨ ਬਦਲ ਦਿੰਦਾ ਤੇ ਆਉਂਦਾ ਕਿਸੇ ਕੁੜੀ ਦਾ ਫੋਨ ਜਦੋਂ ਮੈਂ ਨੇੜੇ ਆ ਜਾਂਦੀ ਹੈ ਫਿਰ ਲੱਕ ਜਾਂ ਖੁਰਕ ਦਾ ਬੰਦਿਆਂ ਨੂੰ ਗੱਲ ਕਰਨ ਲੱਗ ਜਾਂਦੇ ਉਹ ਵੀ ਲੋਕ ਬਹੁਤੇ ਸਿਆਣੇ ਨਹੀਂ ਹੁੰਦੇ ਜਿਹੜੇ ਐਂ ਸਮਝਦੇ ਵੀ ਘਰ ਵਾਲੀ ਨੂੰ ਆਪਾਂ ਸਾਰੀ ਉਮਰ ਬੇਵਕੂਫੀ ਜੇ ਇਹਨਾਂ ਨੂੰ ਸ਼ੱਕ ਹੋ ਜੇ ਫੜ ਕੇ ਹਟਦੇ ਨੇ ਫਿਰ ਜਦੋਂ ਰੰਗੇ ਹੱਥੀ ਫੜ ਲਏ ਮਾਫ਼ੀ ਦੀ ਕੋਈ ਗੁੰਜਾਇਸ਼ ਨਹੀਂ ਉਹਨੇ ਆਖਿਆ ਹੁਣ ਮਾਫ਼ੀ ਤਾਂ ਕੀ ਦੇਣੀ ਇਹਨੇ ਤੜਕੇ ਤੋਂ ਬਾਹਰਲੇ ਵਾੜੇ ਜਾ ਕੇ ਜਿਹੜੀ ਲੁਕੋਈ ਪਈ ਸੀ ਦਾਰੂ ਦੇ ਪੈਗ ਮਾਰਦਾ ਦੋ ਤਿੰਨ ਜਦੋਂ ਦੇ ਕੋਲੇ ਲੰਘਿਆ ਜਦੋਂ ਮੁਸ਼ਕ ਜਾਇਆ ਕਹਿੰਦੀ ਵੀ ਇੱਕ ਤਾਂ ਬੰਦਾ ਗਲਤੀਆਂ ਕਰਦਾ ਦੂਜਾ ਦਾਰੂ ਪੀ ਪੀ ਸਿਹਤ ਖਰਾਬ ਕਰ ਲੂ ਜੇ ਮੈਂ ਰੁੱਸ ਕੇ ਬਾਗੀ ਗਲਤੀ ਉਹਨੇ ਕਰੀ ਆ ਮਨਾ ਵਿਚਾਰੀ ਆਪ ਰਹੀ ਹੈ ਕਹਿੰਦੀ ਤੈਨੂੰ ਕਿੱਥੇ ਕਿੱਥੇ ਬਖਸ਼ਾਂ ਕਰਦਾ ਗਲਤੀ ਨਿੱਤ ਨਵੀਂ ਕਿਉਂ ਰੱਖਦਾ ਹੈ ਝਾਕ ਬਗਾਨੀ ਮੇਰੇ ਵਿੱਚ ਕੀ ਫਰਕ ਦੁਖੀ ਹੋ ਕੇ ਮੈਂ ਤਾਂ ਇੱਥੋਂ ਮੱਥੇ ਵੱਟ ਸੀ ਪਾ ਲਿਆ ਵੇ ਦੋ ਦਿਨ ਨਹੀਂ ਰੁੱਸ ਕੇ ਬੋਲੀ ਆ ਕੀ ਹਾਲ ਬਣਾ ਲਿਆ ਕਰਦਾ ਏ ਜੇ ਤੇਰੇ ਬਿਨਾ ਮੇਰਾ ਕਿਤੇ ਲੱਗਦਾ ਨੀ ਜੀ ਇਸ ਗੱਲ ਦਾ ਤੂੰ ਬੋਰੇ ਮਾਰ ਕਰੇ ਮੋਹ ਉਹਦਾ ਜ਼ਿਆਦੇ ਆਵੇ ਜੋ ਸਤਾਉਣ ਵਾਲਾ ਹੋਵੇ ਗੁੱਸਾ ਉੱਥੇ ਆਉਂਦਾ ਜਿੱਥੇ ਕੋਈ ਮੰਗਾਉਣ ਵਾਲਾ ਹੋਵੇ ਤੈਨੂੰ ਕਿੱਥੇ ਕਿੱਥੇ ਬਖਸ਼ ਕਰਦੇ ਗਲਤੀ ਤੰਗੀ ਤੂੰ ਆਖੀ